ਜਲੰਧਰ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਵਿੱਚ ਨਗਰ ਨਿਗਮ ਦੇ ਬਿਲਡਿੰਗ ਡਿਪਾਰਟਮੈਂਟ ਵੱਲੋਂ ATP ਸੁਖਦੇਵ ਸਿੰਘ ਵੱਲੋਂ ਕਿਹੜੀਆਂ ਕਾਰਵਾਈ ਕੀਤੀਆਂ ਜਾ ਰਹੀਆਂ? ਲਗਾਤਾਰ ਜੋ ਨਜਾਇਜ਼ ਕਲੋਨੀਆਂ ਉਹਨਾਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਜ ਸਾਡੇ ਨਾਲ ਸੁਖਦੇਵ ਜੀ, ਅੱਜ ਸੁਖਦੇਵ ਜੀ ਕਿਹੜੀਆਂ ਨੰਗਲ ਸ਼ਾਮਾ ਰੋਡ 'ਤੇ ਤੁਹਾਡੇ ਵੱਲੋਂ ਕਿਹੜੀਆਂ ਕਾਰਵਾਈ? ਉਹ ਇੱਕ ਇੰਪੀਰੀਅਲ ਮੈਨਰ ਦੇ ਸਾਹਮਣੇ ਗੁਰਦੁਆਰਾ ਸੰਤ ਗੁਰਦੁਆਰਾ ਤਪ ਸਥਾਨ ਦੇ ਲਾਗੇ ਤਕਰੀਬਨ 2 ਏਕੜ ਵਿੱਚ ਅਣਅਧਿਕਾਰਤ ਕਲੋਨੀ ਵਿਕਸਿਤ ਕੀਤੀ ਜਾ ਰਹੀ ਸੀ, ਜਿਹਦੀ ਪਲਾਟਿੰਗ ਅਤੇ ਜਿਹੜੀਆਂ ਸੜਕਾਂ ਹੈਗੀਆਂ ਉਹਨੂੰ ਡੈਮੋਲਿਸ਼ ਕਰਨ ਦਾ ਕੰਮ ਕੀਤਾ ਗਿਆ ਜੀ। ਅਤੇ ਦੂਸਰੇ ਪਾਸੇ ਵੀ ਕਾਰਵਾਈ ਕੀਤੀ? ਉਹ ਜਿਹੜੀ ਓਲਡ ਫਗਵਾੜਾ ਰੋਡ 'ਤੇ ਰਿਹਾਇਸ਼ੀ ਨਕਸ਼ਾ ਪਾਸ ਸੀਗਾ, ਪਰ ਉਹਨਾਂ ਵੱਲੋਂ ਇੰਟਰਨਲ ਪਾਰਟੀਸ਼ਨ ਕਰਕੇ 2 ਸਾਈਡ ਓਪਨ ਦੁਕਾਨਾਂ ਵਗੈਰਾ ਬਣਾਉਣ ਦੀ ਕਾਰਵਾਈ ਕੀਤੀ ਜਾ ਰਹੀ, ਨਕਸ਼ੇ ਦੀ ਵਾਇਲੇਸ਼ਨ ਸੀਗੀ, ਇਸ ਲਈ ਉਹਨੂੰ ਪਹਿਲੇ ਵੀ ਨੋਟਿਸ ਦਿੱਤਾ ਸੀ ਅਤੇ ਉਹ ਕੰਮ ਲਗਾਤਾਰ ਚੱਲ ਰਿਹਾ ਸੀ। ਨਿਰੀਖਣ ਜਾਣ ਤੋਂ ਹਾਲ ਧਿਆਨ ਵਿੱਚ ਆਇਆ ਅਤੇ ਉਹਨੂੰ ਦੁਆਰਾ ਵੱਜ ਬੰਦ ਕਰਾ ਕੇ ਸਮਾਨ ਜ਼ਬਤ ਕਰ ਲਿਆ। ਅੱਜ ਕਾਰਵਾਈ 2 ਏਕੜ ਦੇ ਵਿੱਚ ਹੋਈ ਹੈ, ਕੀ ਹੈ ਕਲੋਨੀ ਕੱਟੀ ਜਾ ਰਹੀ ਸੀ ਜਾਂ ਕਲੋਨੀ ਕੱਟੀ ਜਾ ਰਹੀ ਸੀਗੀ ਜੀ? ਇਹ ਤਕਰੀਬਨ 2 ਏਕੜ ਵਿੱਚ ਪਲਾਟਿੰਗ ਹੋ ਗਈ ਸੀ, ਸੜਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਸੀ, ਕੁਛ WBM ਲੈਵਲ ਤੱਕ ਸੜਕਾਂ ਪੈ ਚੁੱਕੀਆਂ ਸੀ। ਇਹਨਾਂ ਨੂੰ ਪਹਿਲੇ ਨੋਟਿਸ ਵੀ ਤੁਹਾਡੇ? ਹਾਂ, ਨੋਟਿਸ ਵਗੈਰਾ ਦੇ ਕੇ ਕਾਰਵਾਈ ਕੀਤੀ। ਜੇ ਦੇਖਿਆ ਸੀ, ਗੱਲਬਾਤ ਕੀਤੀ ਗਈ ਹੈ ਸੁਖਦੇਵ ਜੀ ਦੇ ਨਾਲ, ਉਹਨਾਂ ਨੇ ਦੱਸਿਆ ਪਹਿਲੇ ਨੋਟਿਸ ਦਿੱਤੇ ਜਾਂਦੇ ਨੇ, ਫਿਰ ਉਸ ਤੋਂ ਬਾਅਦ ਜਦੋਂ ਨੋਟਿਸ ਦਾ ਨਹੀਂ ਜਵਾਬ ਆਉਂਦਾ ਤਾਂ ਉਹਨਾਂ ਦੇ ਉੱਤੇ ਕਿਹੜੀਆਂ ਜੈੱਟ ਮਸ਼ੀਨਾਂ ਕਿਹੜੀਆਂ ਚਲਾਈਆਂ ਜਾਂਦੀਆਂ। ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ, ਜਗਬਾਣੀ TV ਜਲੰਧਰ। ਜਲੰਧਰ ਦੇ ਵਿੱਚ ਨਜਾਇਜ਼ ਕਬਜ਼ਿਆਂ ਦੇ ਵਿੱਚ ਨਗਰ ਨਿਗਮ ਦੇ ਬਿਲਡਿੰਗ ਡਿਪਾਰਟਮੈਂਟ ਵੱਲੋਂ ATP ਸੁਖਦੇਵ ਸਿੰਘ ਵੱਲੋਂ ਕਿਹੜੀਆਂ ਕਾਰਵਾਈ ਕੀਤੀਆਂ ਜਾ ਰਹੀਆਂ? ਲਗਾਤਾਰ ਜੋ ਨਜਾਇਜ਼ ਕਲੋਨੀਆਂ ਉਹਨਾਂ ਦੇ ਉੱਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਜ ਸਾਡੇ ਨਾਲ ਸੁਖਦੇਵ ਜੀ, ਅੱਜ ਸੁਖਦੇਵ ਜੀ ਕਿਹੜੀਆਂ ਨੰਗਲ ਸ਼ਾਮਾ ਰੋਡ 'ਤੇ ਤੁਹਾਡੇ ਵੱਲੋਂ ਕਿਹੜੀਆਂ ਕਾਰਵਾਈ? ਉਹ ਇੱਕ ਇੰਪੀਰੀਅਲ ਮੈਨਰ ਦੇ ਸਾਹਮਣੇ ਗੁਰਦੁਆਰਾ ਸੰਤ ਗੁਰਦੁਆਰਾ ਤਪ ਸਥਾਨ ਦੇ ਲਾਗੇ ਤਕਰੀਬਨ 2 ਏਕੜ ਵਿੱਚ ਅਣਅਧਿਕਾਰਤ ਕਲੋਨੀ ਵਿਕਸਿਤ ਕੀਤੀ ਜਾ ਰਹੀ ਸੀ, ਜਿਹਦੀ ਪਲਾਟਿੰਗ ਅਤੇ ਜਿਹੜੀਆਂ ਸੜਕਾਂ ਹੈਗੀਆਂ ਉਹਨੂੰ ਡੈਮੋਲਿਸ਼ ਕਰਨ ਦਾ ਕੰਮ ਕੀਤਾ ਗਿਆ ਜੀ। ਅਤੇ ਦੂਸਰੇ ਪਾਸੇ ਵੀ ਕਾਰਵਾਈ ਕੀਤੀ? ਉਹ ਜਿਹੜੀ ਓਲਡ ਫਗਵਾੜਾ ਰੋਡ 'ਤੇ ਰਿਹਾਇਸ਼ੀ ਨਕਸ਼ਾ ਪਾਸ ਸੀਗਾ, ਪਰ ਉਹਨਾਂ ਵੱਲੋਂ ਇੰਟਰਨਲ ਪਾਰਟੀਸ਼ਨ ਕਰਕੇ 2 ਸਾਈਡ ਓਪਨ ਦੁਕਾਨਾਂ ਵਗੈਰਾ ਬਣਾਉਣ ਦੀ ਕਾਰਵਾਈ ਕੀਤੀ ਜਾ ਰਹੀ, ਨਕਸ਼ੇ ਦੀ ਵਾਇਲੇਸ਼ਨ ਸੀਗੀ, ਇਸ ਲਈ ਉਹਨੂੰ ਪਹਿਲੇ ਵੀ ਨੋਟਿਸ ਦਿੱਤਾ ਸੀ ਅਤੇ ਉਹ ਕੰਮ ਲਗਾਤਾਰ ਚੱਲ ਰਿਹਾ ਸੀ। ਨਿਰੀਖਣ ਜਾਣ ਤੋਂ ਹਾਲ ਧਿਆਨ ਵਿੱਚ ਆਇਆ ਤਾਂ ਉਹਨੂੰ ਦੁਆਰਾ ਵੱਜ ਬੰਦ ਕਰਾ ਕੇ ਸਮਾਨ ਜ਼ਬਤ ਕਰ ਲਿਆ। ਅੱਜ ਕਾਰਵਾਈ 2 ਏਕੜ ਦੇ ਵਿੱਚ ਹੋਈ ਹੈ, ਕੀ ਹੈ ਕਲੋਨੀ ਕੱਟੀ ਜਾ ਰਹੀ ਸੀ ਜਾਂ ਕਲੋਨੀ ਕੱਟੀ ਜਾ ਰਹੀ ਸੀਗੀ ਜੀ? ਇਹ ਤਕਰੀਬਨ 2 ਏਕੜ ਵਿੱਚ ਪਲਾਟਿੰਗ ਹੋ ਗਈ ਸੀ, ਸੜਕਾਂ ਵਿਕਸਿਤ ਕੀਤੀਆਂ ਜਾ ਰਹੀਆਂ ਸੀ, ਕੁਛ WBM ਲੈਵਲ ਤੱਕ ਸੜਕਾਂ ਪੈ ਚੁੱਕੀਆਂ ਸੀ। ਇਹਨਾਂ ਨੂੰ ਪਹਿਲੇ ਨੋਟਿਸ ਵੀ ਤੁਹਾਡੇ? ਹਾਂ, ਨੋਟਿਸ ਵਗੈਰਾ ਦੇ ਕੇ ਕਾਰਵਾਈ ਕੀਤੀ। ਜੇ ਦੇਖਿਆ ਸੀ, ਗੱਲਬਾਤ ਕੀਤੀ ਗਈ ਹੈ ਸੁਖਦੇਵ ਜੀ ਦੇ ਨਾਲ, ਉਹਨਾਂ ਨੇ ਦੱਸਿਆ ਪਹਿਲੇ ਨੋਟਿਸ ਦਿੱਤੇ ਜਾਂਦੇ ਨੇ, ਫਿਰ ਉਸ ਤੋਂ ਬਾਅਦ ਜਦੋਂ ਨੋਟਿਸ ਦਾ ਨਹੀਂ ਜਵਾਬ ਆਉਂਦਾ ਤਾਂ ਉਹਨਾਂ ਦੇ ਉੱਤੇ ਕਿਹੜੀਆਂ ਜੈੱਟ ਮਸ਼ੀਨਾਂ ਕਿਹੜੀਆਂ ਚਲਾਈਆਂ ਜਾਂਦੀਆਂ। ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ, ਜਗਬਾਣੀ TV ਜਲੰਧਰ।